हर टाइम से ड्यूटी कर ड्यूटी की वारी ताड़ी ड्यूटी की वारी वो पार्टी इतने नहीं होंगी नहीं एक कारण क्यों बनया एडा जिहड़ा स्टैप तुसीं चुकिया गुरु गोबिंद सिंह का जन्म प्रकाश से असीं उहदे करके जबर ड्यूटी रखनी पई उहदे करके ਉਹਦੀ ਡਿਊਟੀ ਭੁਗਤਾਉਣ ਤੋਂ ਫਿਰ ਜੇ ਉੱਥੇ ਜਾ ਕੇ ਬਹਿਣਾ ਸੀ ਸੱਤ ਵਜੇ ਮੁੜ ਕੇ ਜੇ ਪੰਜ ਤੋਂ ਸੱਤ ਉੱਥੇ ਬੰਦਾ ਤਾਂ ਫਿਰ ਨਹੀਂ ਹੈ ਡਿਊਟੀ ਦੀ ਵਾਰੀ ਤੁਹਾਡੀ ਸੀ ਹੁਣ ਡਿਊਟੀ ਮੇਰੀ ਇੱਕ ਵਜੇ ਸੀ ਉਹ ਦੂਜੇ ਪਾਸੇ ਨੇ ਲਾ ਲਈ ਸੀ ਨਾ ਇੱਕ ਵਜੇ ਮੈਂ ਉੱਥੋਂ 12 ਵਜੇ ਉੱਥੇ ਅਤੇ ਇੱਕ ਵਜੇ ਜਿਹੀ ਮੇਰੇ ਕੋਲ ਲੱਗਣੀ ਅਤੇ ਮੈਂ 3 ਵਜੇ ਮੈਂ ਲਾ ਲੂੰਗਾ ਹਥਿਆਰ ਪਹਿਲਾਂ ਨਾਲ ਲਿਆਂਦੇ ਸੀ ਕਿ ਜਾਂ ਹਥਿਆਰ ਨਾਲ ਰਾਤ ਫਿਰ 12 ਵਜੇ ਤੋਂ ਉੱਥੇ ਉੱਥੇ ਫਿਰ 2 ਵਜੇ ਤੋਂ ਇੱਥੇ ਆਉਣਾ ਜਲਦੀ ਵਾਟ ਨਹੀਂ ਆਉਂਦਾ ਪਰ ਜਦੋਂ ਅਖੀਰ ਹੋ ਜਾ ਫਿਰ ਪਛਤਾਵਾ ਕਿਸ ਗੱਲ ਦਾ ਥੋੜ੍ਹਾ ਜਿਹਾ ਜਰ ਨਹੀਂ ਜੇ ਗੁੱਸਾ ਤਾਂ ਚੰਗਾ ਹੋ ਜਾਂਦਾ ਟਾਈਮ ਨਿਕਲ ਜਾਂਦਾ 3 ਵਜੇ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਦਾਬਾਵਾਲਾ ਪਿੰਡ ਹੈ ਦਾਬਾਵਾਲ ਕਲਾ ਪਿੰਡ ਹੈ ਉਹਦੇ ਵਿੱਚ ਇੱਕ ਮਰਡਰ ਹੋਇਆ ਜਿਹਦੇ ਸੰਬੰਧ ਦੇ ਵਿੱਚ ਪੁਲਿਸ ਪਾਰਟੀ ਮੌਕੇ 'ਤੇ ਉੱਥੇ ਪਹੁੰਚੀ ਜਿੱਥੇ ਜਿਹੜੀ ਡੈੱਡ ਬੋਡੀ ਉੱਥੇ ਪਈ ਸੀ ਉਹਦੇ ਵਿੱਚ ਦੋਸ਼ੀ ਦੀ ਸ਼ਨਾਖਤ ਹੋਈ ਸਨ ਅਤੇ ਉਹਦੇ ਸੰਬੰਧ ਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਨੂੰ ਉਹਦੀ ਦੋਸ਼ੀ ਨੂੰ ਐਪਰੀਹੈਂਡ ਕਰਨ ਲਈ ਵੱਖਰੇ ਵੱਖਰੇ ਜਗ੍ਹਾ ਦੇ ਵਿੱਚ ਭੇਜਿਆ ਗਿਆ ਜਿਹਦੇ ਵਿੱਚ ਮਾਨਯੋਗ SSP ਸਾਹਿਬ ਨਿਸ਼ਾ ਦਰਦੇਸ਼ਾ ਹੇਠ ਜਿਹੜਾ ਕੰਮ ਕਰਦੇ ਹੋਏ SHO ਸਾਹਿਬ ਨੂੰ ਇੱਕ ਕਾਮਯਾਬੀ ਮਿਲੀ ਅਤੇ ਉਹ ਬੰਦਾ ਜਿਹੜਾ ਹੈ ਅਰੈਸਟ ਕਰ ਲਿਆ ਗਿਆ ਕੀ ਉਹ ਪਹਿਲਾਂ ਵੀ ਕ੍ਰਿਮੀਨਲ ਸੀ ਕਿ ਜਾਂ ਐਟ ਏ ਟਾਈਮ ਸੀ ਇਹ ਜੀ ਹਲੇ ਉਹ ਹੁਣੇ ਅਰੈਸਟ ਹੋਇਆ ਉਹਦੀ ਪੁੱਛਗਿੱਛ ਦੇ ਦੌਰਾਨ ਨਾਲੇ ਫੰਡ ਦਾ ਰਿਕਾਰਡ ਖੰਗਾਲ ਕੇ ਦੱਸਾਂਗੇ ਵੀ ਉਹਦੇ ਕੋਈ ਪੁਰਾਣੇ ਕ੍ਰਿਮੀਨਲ ਰਿਕਾਰਡ ਹੈ ਜਾਂ ਐਂਟੀਸੀਡੈਂਟ ਹੈ ਕਿ ਨਹੀਂ ਹੈ